जय बंदी छोड़ सतगुरु रामपाल जी महाराज की जय हो। सत साहेब सत साहेब जी सत साहेब जी सत साहेब जी भाई कितों है ये ਅਸੀਂ ਆਏ ਹਾਂ ਜੀ ਮਕੇਰੀਆਂ ਲੱਗੇ ਹਾਜੀਪੁਰ ਤੋਂ ਜੀ ਹਰੀਪੁਰ ਤੋਂ ਜੀ ਹਾਜੀਪੁਰ ਹਾਜੀਪੁਰ ਕਿਹੜੀ ਡਿਸਟ੍ਰਿਕਟ ਪੈਂਦੀ ਆ ਹਾਜੀਪੁਰ ਹੁਸ਼ਿਆਰਪੁਰ ਹੁਸ਼ਿਆਰਪੁਰ ਡਿਸਟ੍ਰਿਕਟ ਤੋਂ ਜੀ ਹਾਂਜੀ ਭਾਜੀ ਤੁਸੀਂ ਕਿੰਨੇ ਟਾਈਮ ਹੋਏ ਪਰਮਾਤਮਾ ਨਾਲ ਜੁੜੇ ਨੂੰ ਸੰਤ ਰਾਮਪਾਲ ਜੀ ਮਹਾਰਾਜ ਦੇ ਇਹਨਾਂ ਨਾਲ ਹੋ ਗਿਆ ਜੀ ਸਾਨੂੰ 6 ਮਹੀਨੇ ਹੋਏ ਜੀ 6 ਮਹੀਨੇ ਹੋਏ ਜੀ ਹਾਂਜੀ ਤੁਸੀਂ ਭਾਜੀ ਸਤ ਸਾਹਿਬ ਜੀ ਮੈਂ ਜੀ ਅੰਬਾਲੇ ਤੋਂ ਹਾਂ ਜੀ ਅੱਛਾ ਜੀ ਕਿੰਨਾ ਟਾਈਮ ਹੋ ਗਿਆ ਜੀ ਟਾਈਮ ਮੈਨੂੰ ਹੋ ਗਿਆ ਸਾਲ ਹੋਣੇ ਵਾਲਾ ਸਾਲ ਹੋ ਗਿਆ ਜੀ ਜੀ ਤੁਸੀਂ ਦੱਸੋਗੇ ਜੀ ਤੁਹਾਨੂੰ ਇਹ ਸੰਤ ਰਾਮਪਾਲ ਜੀ ਮਹਾਰਾਜ ਦੇ ਮਤਲਬ ਨਾਂ ਲੈਣ ਤੋਂ ਬਾਅਦ ਕੀ ਲਾਭ ਹੋਇਆ ਜੀ ਲਾਭ ਹੈ ਜਿਹੜੀ ਕੋਈ ਘਰ ਦੀ ਪਰੇਸ਼ਾਨੀਆਂ ਸੀ ਉਹ ਠੀਕ ਹੋਈਆਂ ਨੇ ਹਾਂਜੀ ਕੋਈ ਜਿਸ ਤਰ੍ਹਾਂ ਘਰ 'ਚ ਕਲਾ ਕਲੇਸ਼ ਰਹਿੰਦੀ ਸੀ ਝਗੜਾ ਝੁਗੜਾ ਉਹ ਠੀਕ ਹੋਏ ਨੇ ਅੱਛਾ ਜੀ ਅਤੇ ਭਾਜੀ ਤੁਸੀਂ 6 ਮਹੀਨੇ ਹੋਏ ਨੇ ਤੁਹਾਨੂੰ ਜੁੜੇ ਨੂੰ ਕੀ ਤੁਹਾਡੇ ਨਾਲ ਕੋਈ ਲਾਭ ਹੋਇਆ ਜੀ ਸੰਤ ਰਾਮਪਾਲ ਜੀ ਮਹਾਰਾਜ ਦੇ ਗਿਆਨ ਨਾਲ ਭਗਤੀ 'ਚ ਵਾਧਾ ਹੋਇਆ ਜੀ ਸਾਡੇ ਭਗਤੀ 'ਚ ਵਾਧਾ ਹੋਰ ਕੋਈ ਹਾਂਜੀ ਭਗਤੀ 'ਚ ਵਾਧਾ ਹੈ ਜੀ ਅੱਗੇ ਉੱਥੇ ਅੱਗੇ ਦਾ ਰਸਤਾ ਸਾਫ਼ ਹੋਇਆ ਜੀ ਸਾਡਾ ਇਹ ਤੁਸੀਂ ਕਿਵੇਂ ਕਹਿ ਸਕਦੇ ਹੋ ਜੀ ਅੱਗੇ ਦਾ ਰਸਤਾ ਸਾਫ਼ ਹੋਇਆ ਜੀ ਕਿਉਂਕਿ ਸਾਨੂੰ ਪਰਮਾਤਮਾ ਨੇ ਆਵਾਜ਼ ਦਿੱਤੀ ਜੀ ਸੁਪਨੇ ਸਿਲੰਡਰ 'ਚ ਮਿਲੇ ਵੀ ਆ ਸੁਪਨੇ 'ਚ ਮਿਲੇ ਜੀ ਹਾਂਜੀ ਹਾਂਜੀ ਕੀ ਦੱਸੋ ਜੀ ਥੋੜ੍ਹੇ ਮਾੜੇ ਵਿਸਥਾਰ ਨਾਲ ਦੱਸੋਗੇ ਜੀ ਆਉਣ ਦਾ ਕਾਰਨ ਕੀ ਹੋਇਆ ਆਉਣ ਦਾ ਕਾਰਨ ਇੱਦਾਂ ਹੋਇਆ ਜੀ ਕਿ ਪਹਿਲਾਂ ਸੰਤ ਰਾਮਪਾਲ ਜੀ ਮਹਾਰਾਜ 'ਤੇ ਜੁੜਨ ਤੋਂ ਪਹਿਲਾਂ ਸਾਨੂੰ ਸਤਿਗੁਰੂ ਕਬੀਰ ਮਹਾਰਾਜ ਜੀ ਨੇ ਸੁਪਨੇ ਸਿਲੰਡਰ ਵਿੱਚ ਦਰਸ਼ਨ ਦਿੱਤੇ ਅੱਛਾ ਜੀ ਅਤੇ ਉਹਨਾਂ ਨੇ ਸਾਨੂੰ ਉੱਥੇ ਖੜਿਆ ਅੱਛਾ ਜੀ ਪਹਿਲਾਂ ਕਿ ਉੱਥੇ ਮਹਿਲ ਦੇ ਵਿੱਚ ਸਾਨੂੰ ਆਪਣੇ ਪਜਾਇਆ ਜਿਹੜੇ ਸ਼ਬਦ ਅਤੀਤ ਮਹਿਲ ਹੈ ਉਹਨਾਂ ਦਾ ਜਿਹਦੇ ਵਿੱਚ ਜੋ ਸ਼ਬਦ ਦੇ ਵਿੱਚ ਨਿਵਾਸ ਹੈ ਮੁਕਾਮ ਜਿਹੜੇ ਗੁਪਤ ਮੁਕਾਮ ਹੈ ਜਿਹੜੇ ਕਹਿੰਦੇ ਅੱਛਾ ਜੀ ਹਾਂਜੀ ਉੱਥੇ ਖੜਿਆ ਜੀ ਪਹਿਲਾਂ ਉਹਨਾਂ ਦੇ ਸਾਨੂੰ ਫਿਰ ਜਦੋਂ ਕਬੀਰ ਸਾਹਿਬ ਤੁਹਾਨੂੰ ਮਿਲੇ ਨੇ ਜੀ ਫਿਰ ਸੰਤ ਰਾਮਪਾਲ ਜੀ ਮਹਾਰਾਜ ਦਾ ਕੀ ਮੰਨ ਲਓ ਰੋਲ ਹੈਗਾ ਜੀ ਵਿੱਚ ਜੀ ਉਹਨਾਂ ਨੇ ਕਿਹਾ ਹੈ ਕਿ ਗੁਰੂ ਬਣਾਉਣਾ ਜ਼ਰੂਰੀ ਹੈ ਜੀ ਹਾਂਜੀ ਕਿਉਂਕਿ ਅਸੀਂ ਮਾਂ ਦੇ ਪੇਟੋਂ ਜਨਮ ਲਿਆ ਜੀ ਇਸ ਕਰਕੇ ਗੁਰੂ ਬਣਾਉਣਾ ਜ਼ਰੂਰੀ ਹੈ ਕਿ ਗੁਰੂ ਦੇ ਹੀ ਰਸਤੇ ਉਹਨਾਂ ਤੋਂ ਨਾਮ ਦਾਨ ਲੈ ਕੇ ਉਹਨਾਂ ਨੇ ਇਹ ਵੀ ਕਿਹਾ ਕਿ ਸਾਨੂੰ ਕਿ ਸਾਡੇ ਦਾਸ ਦੇ ਕੋਲੋਂ ਨਾਮ ਦਾਨ ਲੈ ਕੇ ਤੁਸੀਂ ਸਾਡੇ ਤੱਕ ਮੁੜ ਕੇ ਪਹੁੰਚ ਸਕਦੇ ਹੋ ਅਸੀਂ ਤੁਹਾਨੂੰ ਆਪਣਾ ਇੱਥੇ ਦੱਸਦਾ ਪਹਿਲਾਂ ਹੀ ਦੱਸਿਆ ਹੈ ਕਿ ਇੱਥੇ ਤੁਸੀਂ ਪਹੁੰਚਣਾ ਆ ਸੁਪਨੇ ਸਿਲੰਡਰ ਵਿੱਚ ਅਤੇ ਤੁਸੀਂ ਹੁਣ ਉਹਨਾਂ ਤੋਂ ਨਾਮ ਦਾਨ ਲੈ ਕੇ ਅਤੇ ਆਪਣੀ ਭਗਤੀ ਕਰੋ ਅਤੇ ਸਾਡੇ ਕੋਲ ਪਹੁੰਚੋ ਇੱਥੇ ਅੱਛਾ ਜੀ ਤੁਸੀਂ ਇੱਕ ਹੋਰ ਦੱਸੋ ਜੀ ਸਾਰੇ ਜਿਹੜੇ ਸਿੱਖ ਧਰਮ ਦੇ ਵਿੱਚ ਜਿੰਨੇ ਵੀ ਆਪਣੇ ਸ਼ਰਧਾਲੂ ਹੈਗੇ ਨੇ ਇਹ ਸਾਰੇ ਮਹਾਰਾਜ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਨੇ ਜੀ ਤੁਸੀਂ ਵੀ ਮੰਨ ਲਓ ਸੰਤ ਰਾਮਪਾਲ ਜੀ ਮਹਾਰਾਜ ਨੂੰ ਜੋ ਗੁਰੂ ਬਣਾਇਆ ਹੈ ਤਾਂ ਉਹ ਤਾਂ ਦੇਹਧਾਰੀ ਹੈਗੇ ਨੇ ਦੇਖੋ ਜੀ ਅਸੀਂ ਸ਼ਬਦ ਗੁਰੂ ਨੂੰ ਹੀ ਮੰਨਦੇ ਹਾਂ ਜੀ ਕਿਉਂਕਿ ਮਤਲਬ ਇਹ ਹੈਗਾ ਕਿ ਜਿਹੜਾ ਉਹ ਨਾਮਦਾਨ ਦਿੰਦੇ ਹੈ ਸ਼ਬਦ ਦਿੰਦੇ ਹੈ ਅਸਲ ਵਿੱਚ ਉਹ ਕਹਿੰਦੇ ਕਿ ਉਹੀ ਤੁਹਾਡਾ ਗੁਰੂ ਹੈ ਹਾਂਜੀ ਸੰਤ ਰਾਮਪਾਲ ਮਹਾਰਾਜ ਜੀ ਇਹੀ ਕਹਿੰਦੇ ਨੇ ਕਿ ਤੁਹਾਡਾ ਉਹ ਗੁਰੂ ਹੈ ਜੋ ਅਸੀਂ ਤੁਹਾਨੂੰ ਸ਼ਬਦ ਦਿੰਦੇ ਹਾਂ ਸ਼ਬਦ ਗੁਰੂ ਚਿੱਤ ਚੇਲਾ ਕਿਉਂਕਿ ਗਰੀਬਦਾਸ ਮਹਾਰਾਜ ਜੀ ਦੇ ਕਹੇ ਅਨੁਸਾਰ ਕਹਿੰਦੇ ਚਿੱਤ ਹਮਾਰਾ ਚੇਲਾ ਬਣਿਆ ਸ਼ਬਦ ਗੁਰੂ ਹਮ ਚੀਨਿਆ ਅੱਛਾ ਤੁਸੀਂ ਪਰਮਾਤਮਾ ਕਿਹਨੂੰ ਮੰਨਦੇ ਹੋ ਜੀ ਪਰਮਾਤਮਾ ਹਾਂਜੀ ਪਰਮਾਤਮਾ ਅਸੀਂ ਮੰਨਦੇ ਹਾਂ ਜੀ ਆਪਣੇ ਸਤਿਗੁਰ ਸਾਹਿਬ ਮਾਈ ਬਾਪ ਨਾਮ ਕਬੀਰਾ ਅਤੇ ਅੱਛਾ ਇਹ ਬਾਣੀ 'ਚ ਲਿਖਿਆ ਜੀ ਹਾਂਜੀ ਠੀਕ ਹੈ ਜੀ ਥੈਂਕ ਯੂ ਜੀ ਸਤਿ ਸਾਹਿਬ ਜੀ ਸਤਿ ਸਾਹਿਬ ਜੀ ਸਤਿ ਸਾਹਿਬ ਜੀ ਭਾਅ ਜੀ ਕਿੰਨਾ ਟਾਈਮ ਹੋ ਗਿਆ ਜੀ ਸੰਤ ਰਾਮਪਾਲ ਜੀ ਮਹਾਰਾਜ ਦੇ ਨਾਲ ਜੁੜੇ ਨੂੰ ਜੀ 1 ਸਾਲ 2 ਮਹੀਨੇ 10 ਦਿਨ ਹੋ ਗਏ ਅੱਛਾ ਪਹਿਲਾਂ ਕਿੱਥੇ ਜੁੜੇ ਹੋਏ ਸੀ ਜੀ ਪਹਿਲਾਂ ਗੁਰੂ ਗ੍ਰੰਥ ਸਾਹਿਬ ਦੇ ਬਾਣੀ ਨਾਲ ਜੁੜੇ ਸੀਗੇ ਅੱਛਾ ਬਾਣੀ ਦੇ ਨਾਲ ਜੁੜੇ ਸਿੱਖ ਸਮਾਜ ਦੇ ਵਿੱਚ ਤਾਂ ਜਿਵੇਂ ਦੇਹਧਾਰੀ ਨੂੰ ਗੁਰੂ ਹੀ ਨਹੀਂ ਮੰਨਦੇ ਜੀ ਹਾਂਜੀ ਤੁਸੀਂ ਸੰਤ ਰਾਮਪਾਲ ਜੀ ਮਹਾਰਾਜ ਨਾਲ ਕਿਵੇਂ ਜੁੜੇ ਜੀ ਅਸੀਂ ਉੱਥੇ ਉਹ 8-9 ਸਾਲ ਉੱਥੇ ਰਹੇ ਪਹਿਲਾਂ ਉੱਧਰ ਜਾਂਦੇ ਰਹੇ ਹਾਂਜੀ ਅਤੇ ਉੱਥੇ ਵੀ ਕੋਈ ਗੱਲ ਆ ਮੁੜੇ ਇੱਕ ਹੋਰ ਬਾਬੇ ਜਾਂਦੇ ਉੱਥੇ ਵੀ ਕੋਈ ਗੱਲ ਨਹੀਂ ਸਾਡੀ ਬਣੀ ਫਿਰ ਹਾਂਜੀ ਫਿਰ ਸਾਡੀ ਸਿੱਖ ਨੇ ਸਾਨੂੰ ਦੱਸਿਆ ਵੀ ਇੱਦਾਂ ਕਰਕੇ ਭਗਤ ਸਿੰਘ ਦੇ ਨਾਮ ਦਾਨ ਲਿਆ ਤਾਂ ਉਹਨੂੰ ਦੱਸਿਆ ਸਾਨੂੰ ਵੀ ਇੱਦਾਂ ਕਰਕੇ ਬੁੱਕ ਪੜ੍ਹੋ ਹਾਂਜੀ ਬੁੱਕ ਤਾਂ ਸਾਡੇ ਕੋਲ ਪੜ੍ਹਨਾ ਫਿਰ ਸਤਸੰਗ ਦੇਖਦੇ ਰਹੇ ਅਸੀਂ ਸਤਸੰਗ ਸੁਣ ਕੇ ਫਿਰ ਅਸੀਂ 15-20 ਦਿਨ ਦੇਖਿਆ ਤਾਂ ਫਿਰ ਸਾਨੂੰ ਪਤਾ ਲੱਗ ਗਿਆ ਫਿਰ ਕਹਿੰਦਾ ਭਾਈ ਪਾਲੇ ਦਾ ਬਦਾਨਾ ਦੀ ਸਾਖੀ ਆ ਗਈ ਹਾਂਜੀ ਉਹਦੇ ਨਾਲ ਫਿਰ ਸਾਨੂੰ ਸਭ ਕੁਝ ਪਤਾ ਲੱਗ ਗਿਆ ਫਿਰ ਦੂਜੇ ਦਿਨ ਆਪਣੇ ਸਿਰ 'ਤੇ ਫੋਨ ਕੀਤਾ ਭਗਤ ਸਿੰਘ ਦੇ ਅਤੇ ਸਾਨੂੰ ਨਾਮਦਾਨ ਲੈ ਦਿਓ ਅੱਛਾ ਅਤੇ ਉਹਨੇ ਵੀ ਸਾਨੂੰ ਨਾਮਦਾਨ ਲੈ ਦਿੱਤਾ ਤਾਂ ਮੈਨੂੰ ਹਾਰਟ ਦੀ ਬਿਮਾਰੀ ਸੀ ਗੁਰਦਿਆਂ ਦੀ ਸੀਗੀ ਹਾਂਜੀ ਹੱਥਾਂ 'ਤੇ ਸੀਗੀ ਸ਼ੂਗਰ ਸੀਗੀ ਹਾਂਜੀ ਅਤੇ 1.5 ਮਹੀਨਾ ਮੈਂ ਨਾਮਦਾਨ ਲੈ ਕੇ 1.5 ਮਹੀਨਾ ਦਵਾ ਖਾਧੀ ਉਸ ਤੋਂ ਬਾਅਦ ਦਵਾ ਮੈਂ ਛੱਡ ਦਿੱਤੀ ਸਾਰੀ ਅੱਛਾ ਜੀ ਠੀਕ ਹੋ ਗਈ ਜੀ ਹਾਂ ਸਭ ਕੁਝ ਠੀਕ ਆ ਸਤਿਗੁਰੂ ਦੇਵ ਕੀ ਜੈ ਹੋ ਭਾਈ ਤੁਹਾਡਾ ਪਿੰਡ ਕਿਹੜਾ ਜੀ ਹੁਸ਼ਿਆਰਪੁਰ ਜ਼ਿਲ੍ਹਾ ਹੁਸ਼ਿਆਰਪੁਰ ਜ਼ਿਲ੍ਹਾ ਜੀ ਅਤੇ ਹੋਰ ਵੀ ਤੁਹਾਡੇ ਸਿੱਖ ਸਮਾਜ ਦੇ ਵਿੱਚ ਇੱਥੇ ਮੈਨੂੰ ਆਏ ਹੋਏ ਨੇ ਹਾਂਜੀ ਆ ਘਰ ਦੇ ਆਏ ਹੋ ਆ ਹਾਂਜੀ ਬਾਕੀ ਹੋਰ ਆਏ ਹੋ ਆ ਸਾਡੇ ਇਲਾਕੇ ਦੇ ਆਲੇ ਦੁਆਲੇ ਹਾਂਜੀ ਹਾਂਜੀ ਹੁਸ਼ਿਆਰਪੁਰ ਦੇ ਵੀ ਆਏ ਹੋਏ ਆ